दंडौत बंदन अनेक बार सर्वकला समरथ डोलन ते राखो प्रभु नानक दे कर हथ गुरु गोबिंद गोपाल गुर गुर पूरन नारायण गुर दयाल समरथ गुर गुर नानक पतित उदाहरण है पाव जल बिखम असगाहो गुर बोहित है तारियम नानक पूर करम सतगुर चरणी लग्या नानक पूर करम सतगुर चरणी लग्या सतनाम श्री वाहे गुरु साहिब जी सलोक महला पंजवा गुर नानक हर नाम दृढ़ाया पन्नन घड़न समरथ प्रभ सदा संभाले मित्र तू दुख सबाया लथ गुर नानक हर नाम दृढ़ाया पन्नन घड़न समरथ प्रभ सदा संभाले मित्र तू दुख सबाया लथ वाहेगुरु जी का खालसा वाहेगुरु जी की फतेह। श्री हर कृष्ण ध्याइया जिस डिठे सब दुख जाए तन श्री गुरु श्री गुरु हर कृष्ण साहब जी महाराज जिन्हां दे पावन पवित्र अस्थान गुरद्वारा श्री बंगला साहब विखे दसां पातशाहियां दी जोत धन साहिब श्री गुरु ग्रंथ साहिब महाराज जी दी पावन पित्र हजूरी दे अंदर अमृत वेले तों ही आप सब संगतां हाजरियां भर के लाहे प्राप्त कर रहे हो। गौड़ी की वार दे अंदर जो महाराज जी ने श्लोक महला ते पौड़ी उचारण कीती है उसका पाठ आप जी ने सिंह साहब जी दे पासों श्रवण कीता है। इस पौड़ी दे अंदर इस गौड़ी की वार दे अंदर सतगुरु साहब जी ने कथन कीता है कि जे कोई निंदिया करन वाला ये मन दे विच विचार बनावे भी मैं निंदिया दे पाप बड़े कीते ने तो मैं इन्हां दा पश्चाताप करना चाहुंदा हाँ महाराज मेरी कीती हुई निंदिया नूं बख्श लैण
ਤੇ ਇਹ ਗੱਲ ਪ੍ਰਣ ਕਰੇ ਵੀ ਅੱਗੇ ਤੋਂ ਮੈਂ ਨਿੰਦਿਆ ਨਹੀਂ ਕਰਾਂਗਾ। ਤੇ ਸਤਿਗੁਰੂ ਸਾਹਿਬ ਜੀ ਆਖਦੇ ਨੇ ਵੀ ਇਸ ਗੌੜੀ ਕੀ ਵਾਰ ਦਾ ਪਾਠ ਤੇ ਕਥਾ ਉਹ ਨਿੰਦਿਆ ਕਰਨ ਵਾਲਾ ਜਿਹੜਾ ਪ੍ਰਣ ਕਰਦਾ ਹੈ ਵੀ ਅੱਗੇ ਤੋਂ ਨਿੰਦਿਆ ਨਹੀਂ ਕਰਾਂਗਾ, ਉਹ ਇਹ ਪਾਠ ਤੇ ਕਥਾ ਸਰਵਣ ਕਰੇ ਤੇ ਉਹਦੇ ਸਾਰੇ ਜਿਹੜੇ ਪਾਪ ਨੇ ਉਹ ਉੱਤਰ ਜਾਣਗੇ। ਇਸ ਤਰ੍ਹਾਂ ਮਹਾਰਾਜ ਜੀ ਨੇ ਗੌੜੀ ਕੀ ਵਾਰ ਨਿੰਦਕਾਂ ਦੇ ਪਾਰ ਉਤਾਰਾ ਕਰਨ ਵਾਸਤੇ ਉਚਾਰੀ ਹੈ, ਸੰਸਾਰ ਦੇ ਕਲਿਆਣ ਦੇ ਹਿੱਤ ਉਚਾਰੀ ਹੈ। ਇਸ ਗੌੜੀ ਕੀ ਵਾਰ ਦੇ ਅੰਦਰ ਅੱਜ ਦੀ ਇਸ ਪੌੜੀ ਸਲੋਕ ਮਹੱਲੇ ਦੇ ਰਾਹੀਂ ਸਤਿਗੁਰੂ ਸਾਹਿਬ ਜੀ ਸਾਨੂੰ ਕੀ ਉਪਦੇਸ਼ ਦਿੰਦੇ ਹਨ, ਆਓ ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪੰਜਵਾ। ਗੁਰ ਨਾਨਕ ਹਰ ਨਾਮ ਦਿਰੜਾਇਆ, ਭੰਨਣ ਘੜਨ ਸਮਰੱਥ। ਸਲੋਕ ਦੇ ਰਾਹੀਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਕੇ ਫਰਮਾ ਰਹੇ ਹਨ ਵੀ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੋ ਹਨ, ਉਹਨਾਂ ਨੇ ਸਿੱਖ ਦੇ ਹਿਰਦੇ ਦੇ ਅੰਦਰ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਨੂੰ ਦ੍ਰਿੜ ਕਰਵਾਇਆ ਹੈ ਤੇ ਦ੍ਰਿੜ ਕਰਵਾਉਣ ਦੇ ਨਾਲ ਸਿੱਖ ਦੇ ਅੰਦਰ ਇਹ ਨਿਸ਼ਚਾ ਬੱਝ ਗਿਆ ਹੈ ਕਿ ਨਾਮ ਹੀ ਸਭ ਕੁਝ ਹੈ। ਉਸ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਦ੍ਰਿੜ ਕਰਵਾਉਣ ਵਾਲੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਭੰਨਣ ਨਾਸ ਕਰਨ ਵਾਲੇ ਵੀ ਖੁਦ ਹਨ, ਸੰਸਾਰ ਨੂੰ ਘੜਨ ਵਾਲੇ ਦੁਬਾਰਾ ਪੈਦਾ ਕਰਨ ਵਾਲੇ ਵੀ ਖੁਦ ਹਨ। ਇਸ ਤਰ੍ਹਾਂ ਮਹਾਰਾਜ ਸਰਬ ਕਲਾ ਸਮਰੱਥ ਆਪ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਹਿਰਦੇ ਵਿੱਚ ਨਾਮ ਦ੍ਰਿੜ ਕਰਵਾਇਆ ਹੈ ਉਸ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਦਾ, ਜਿਹੜਾ ਨਾਸ ਕਰਨ ਵਾਲਾ ਹੈ, ਪੈਦਾ ਕਰਨ ਵਾਲਾ ਹੈ ਤੇ ਸਮਰੱਥ ਹੈ, ਸਰਬ ਕਲਾ ਸਮਰੱਥ ਹੈ। ਜਾਂ ਇਹਦੇ ਅਰਥ ਵਿਦਵਾਨਾਂ ਨੇ ਅੰਤਰੀਵ ਇਹ ਕੀਤੇ ਨੇ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹਿਰਦੇ ਵਿੱਚ ਦ੍ਰਿੜ ਕਰਵਾਇਆ ਹੈ, ਜਿਹੜਾ ਅਕਾਲ ਪੁਰਖ ਵਾਹਿਗੁਰੂ ਸਿੱਖ ਦੇ ਅੰਦਰ ਗੁਰਮੁਖ ਦੇ ਮਹਾਂਪੁਰਖ ਦੇ ਮਨ ਦੇ ਅੰਦਰੋਂ ਜਿੰਨੇ ਔਗਣ ਵਿਕਾਰ ਪਾਪ ਹਨ ਇਹਨਾਂ ਨੂੰ ਭੰਨਣ ਦੇ ਸਮਰੱਥ ਹੈ ਤੇ ਜਿੰਨੇ ਸ਼ੁਭ ਗੁਣ ਹਨ ਉਹਨਾਂ ਨੂੰ ਘੜਨ ਵਾਲਾ, ਪੈਦਾ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ। ਇਸ ਤਰ੍ਹਾਂ ਉਹ ਸਰਬ ਕਲਾ ਸਮਰੱਥ ਹੈ। ਇਹ ਤੇ ਅਖਰੀ ਅਰਥ ਹਨ। ਇੱਥੇ ਥੋੜ੍ਹਾ ਜਿਹਾ ਗੌਰ ਫਰਮਾਇਓ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਨਾਮ ਹੀ ਕਿਉਂ ਦ੍ਰਿੜ ਕਰਵਾਇਆ ਹੈ, ਕੋਈ ਹੋਰ ਕੰਮ ਕਿਉਂ ਨਹੀਂ ਕੀਤਾ? ਵੀ ਸਿੱਖ ਨੂੰ ਇਹ ਨਹੀਂ ਆਖਿਆ ਵੀ ਤੂੰ ਤੀਰਥਾਂ 'ਤੇ ਇਸ਼ਨਾਨ ਕਰ ਜਾ ਕੇ ਜਾਂ ਤੂੰ ਹੋਰ ਕੋਈ ਕਰਮ ਕਾਂਡ ਕਰ। ਨਹੀਂ ਨਹੀਂ, ਇਸ ਕਰਕੇ ਕਿਉਂਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਇਹ ਸਾਰਾ ਕੁਝ ਦਿਸਦਾ ਹੈ ਸੰਸਾਰ ਦੇ ਉੱਤੇ ਵੀ ਨਾਮ ਤੋਂ ਬਿਨਾਂ ਜੀਵ ਦਾ ਛੁਟਕਾਰਾ ਹੋਣਾ ਨਹੀਂ। ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ, ਕਿਉਂਕਿ ਨਾਮ ਤੋਂ ਬਿਨਾਂ ਸਿੱਖ ਨੂੰ ਕਿਤੇ ਵੀ ਸ਼ਾਂਤੀ ਅਤੇ ਸੁੱਖ ਦੀ ਪ੍ਰਾਪਤੀ ਹੋਣੀ ਨਹੀਂ। ਇਸ ਕਰਕੇ ਹਿਰਦੇ ਵਿੱਚ ਨਾਮ ਦ੍ਰਿੜ ਕਰਵਾਇਆ ਹੈ। ਅਬ ਕਲੂ ਆਇਓ ਰੇ ਇੱਕ ਨਾਮ ਬੋਵਹੋ ਬੋਵਹੋ, ਅੰਨ ਰੁੱਤ ਨਾਹੀ ਨਾਹੀ ਮਤ ਭਰਮ ਭੁੱਲਹ ਭੁੱਲਹ। ਕਿਉਂਕਿ ਕਲਯੁੱਗ ਦੇ ਵਿੱਚ ਜੇ ਕੋਈ ਸਭ ਤੋਂ ਮਹਾਨ ਚੀਜ਼ ਹੈ ਤਾਂ ਉਹ ਹੈ ਸਤਨਾਮ ਸ੍ਰੀ ਵਾਹਿਗੁਰੂ। ਕਿਉਂਕਿ ਸਤਯੁੱਗ ਦੇ ਵਿੱਚ ਲੋਕ ਸਤਪੁਰਖੀ ਹੁੰਦੇ ਸਨ, ਤ੍ਰੇਤੇ ਦੇ ਵਿੱਚ ਲੋਕ ਜੱਗ ਹਵਨ ਆਦਿ ਕਰਦੇ ਸਨ
ਤੇ ਦੁਆਪਰ ਦੇ ਵਿੱਚ ਪੂਜਾ ਅਰਚਨਾ ਇਸ਼ਟ ਦੀ ਇਸ ਤਰ੍ਹਾਂ ਕਰਦੇ ਸਨ। ਪਰ ਕਲਯੁਗ ਦੇ ਵਿੱਚ ਸਿਰਫ ਨਾਮ ਨੂੰ ਮਹਾਨਤਾ ਹੈ। ਸਤਯੁਗ ਸਤ ਤੇਤਾ ਜੱਗੀ ਦੁਆਪਰ ਪੂਜਾ ਚਾਰ ਤਿੰਨੋਂ ਯੁਗ ਤਿੰਨੋਂ ਦ੍ਰਿੜੇ ਕਲ ਕੇਵਲ ਨਾਮ ਆਧਾਰ। ਕਲਯੁਗ ਦੇ ਵਿੱਚ ਨਾਮ ਹੀ ਕੰਮ ਆਉਣਾ ਹੈ ਤੇ ਇਸ ਕਰਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਨਾਮ ਦ੍ਰਿੜ ਕਰਵਾਇਆ ਹੈ। ਜਿਹੜਾ ਤੇ ਅਸਲੀ ਗੁਰੂ ਹੈ, ਕਿਉਂਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਅਸਲ ਗੁਰੂ ਨੇ, ਸਤਿਗੁਰੂ ਨੇ। ਉਹਨਾਂ ਨੇ ਆਪਣਾ ਨਾਮ ਨਹੀਂ ਜਪਾਇਆ, ਉਹਨਾਂ ਨੇ ਹਰ ਨਾਮ ਦ੍ਰਿੜ ਭਾਵ ਕਿ ਪਰਮੇਸ਼ਰ ਦਾ ਨਾਮ ਦ੍ਰਿੜ ਕਰਵਾਇਆ। ਅਤੇ ਕਿਤੇ ਵੀ ਇਤਿਹਾਸ 'ਚ ਇਹ ਨਹੀਂ ਆਉਂਦਾ ਵੀ ਮਹਾਰਾਜ ਨੇ ਆਖਿਆ ਹੋਵੇ ਵੀ ਭਾਈ ਮੇਰੇ ਸਿੱਖ ਬਣ ਜਾਓ ਅਤੇ ਮੇਰਾ ਨਾਮ ਜਪੋ। ਜਿੱਥੇ ਵੀ ਮਹਾਰਾਜ ਕਿਸੇ 'ਤੇ ਪ੍ਰਸੰਨ ਹੁੰਦੇ ਸਨ ਅਤੇ ਉਹਨੂੰ ਆਖਣਾ ਤੈਨੂੰ ਕਰਤਾਰ ਚੇਤਾਵੇ, ਤੈਨੂੰ ਰੱਬ ਚੇਤੇ ਆਵੇ, ਤੂੰ ਵਾਹਿਗੁਰੂ ਦਾ ਨਾਮ ਜਪ। ਅਤੇ ਇਸ ਤਰ੍ਹਾਂ ਸਾਧ ਸੰਗਤ ਜਿਹੜਾ ਤੇ ਅਸਲੀ ਗੁਰੂ ਹੈ ਉਹ ਜੋੜੇਗਾ ਪਰਮੇਸ਼ਰ ਦੇ ਨਾਲ, ਵਾਹਿਗੁਰੂ ਦੇ ਨਾਮ ਦੇ ਨਾਲ ਜੋੜੇਗਾ। ਅਤੇ ਜਿਹੜੇ ਅੱਜ ਕੱਲ੍ਹ ਕੀ ਹਾਲਾਤ ਨੇ ਦੇਖ ਰਹੇ ਹੋ ਤੁਸੀਂ, ਨਿੱਤ ਨਵੇਂ ਗੁਰੂ ਪੈਦਾ ਹੋ ਰਹੇ ਨੇ ਅਤੇ ਕਰਦੇ ਕੀ ਨੇ, ਆਪਣੇ ਨਾਲ ਜੋੜਦੇ ਨੇ। ਕੋਈ ਸਵਾਹ ਦੀ ਪੁੜੀ ਬੰਨ ਕੇ ਦੇ ਦਿੰਦਾ ਵੀ ਜਾ ਕੇ ਖਾ ਲਈ ਅਤੇ ਰਾਤੋ ਰਾਤੀ ਧਰਮ ਤੇਰੇ ਅੰਦਰ ਵੜ ਜਾਏਗਾ। ਕੋਈ ਪਾਣੀ ਦੀ ਸ਼ੀਸ਼ੀ ਭਰ ਕੇ ਦੇ ਰਿਹਾ ਵੀ ਇਹ ਦੋ ਟਾਈਮ ਪੀਣੀ ਹੈ। ਕੋਈ ਧਾਗੇ ਦੇ ਰਿਹਾ, ਕੋਈ ਲਾਚੀਆਂ ਦੇ ਰਿਹਾ, ਕੋਈ ਕੁਝ ਦੇ ਰਿਹਾ, ਕਿਉਂਕਿ ਅਸਲੀ ਨਹੀਂ ਹਨ। ਅਤੇ ਲੱਖਾਂ ਰੁਪਈਏ ਭੇਟਾ ਲੈ ਕੇ ਅਤੇ ਕਹਿਣਗੇ ਕਿੱਥੇ ਜਾਣਾ ਤੁਸੀਂ, ਰੱਬ ਕੋਈ ਨਹੀਂ, ਰੱਬ ਮੈਂ ਹੀ ਹਾਂ, ਮੈਨੂੰ ਹੀ ਮੱਥਾ ਟੇਕ ਲਓ। ਇਸ ਤਰ੍ਹਾਂ ਅੱਜ ਕੱਲ੍ਹ ਦੇ ਜਿਹੜੇ ਅਖੌਤੀ ਨਕਲੀ ਗੁਰੂ ਹਨ ਉਹ ਆਪਣੇ ਨਾਲ ਜੋੜਨਗੇ, ਪਰ ਜਿਹੜਾ ਸੱਚਾ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਹਨ ਉਹ ਵਾਹਿਗੁਰੂ ਦੇ ਨਾਮ ਦੇ ਨਾਲ ਜੋੜਦੇ ਨੇ ਅਤੇ ਉਹਦੇ ਨਾਮ ਦਾ ਹੀ ਨਿਸ਼ਚਾ ਕਰਾਉਂਦੇ ਨੇ ਸਿੱਖ ਨੂੰ। ਅਤੇ ਇਸ ਤਰ੍ਹਾਂ ਸਾਧ ਸੰਗਤ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਨਾਮ ਤਾਂ ਦ੍ਰਿੜ ਕਰਵਾਇਆ ਹੈ ਕਿਉਂਕਿ ਕੋਲ ਨਾਮ ਹੈ। ਹੁਣ ਜਿਹਦੇ ਕੋਲ ਨਾਮ ਹੈ ਨਹੀਂ, ਉਹ ਕੋਲੋਂ ਹੀ ਕੋਈ ਓਲ ਜਲੂਲ ਜਿਹਾ ਮੰਤਰ ਬਣਾ ਕੇ ਕਿਸੇ ਨੂੰ ਆਖੇਗਾ ਵੀ ਇਹਦਾ ਜਾਪ ਕਰੋ, ਅਤੇ ਚੇਲੇ ਵੀ ਉਹੋ ਜਿਹੇ ਨੇ ਵੀ ਗੁਰੂ ਲੱਭਦੇ ਫਿਰਦੇ ਨੇ ਵੀ ਕੋਈ ਗੁਰੂ ਲੱਭੇ। ਕਲਯੁਗ ਦੇ ਵਿੱਚ ਜੇ ਕੋਈ ਗੁਰੂ ਹੈ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਆਖਦੇ ਨੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਜੇ ਸਭ ਤੋਂ ਵੱਡਾ ਕੋਈ ਸ਼੍ਰੋਮਣੀ ਗੁਰੂ ਹੈ ਤੇ ਉਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਹਨ। ਤੇ ਇਸ ਵਕਤ ਦਸਾਂ ਸਰੂਪਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਕਾਸ਼ਮਾਨ ਹਨ। ਜੇ ਜੁੜਨਾ ਹੈ ਤੇ ਇਹਦੇ ਨਾਲ ਜੁੜੇ ਸਿੱਖ, ਕੋਈ ਵੀ ਧਰਮ ਦਾ ਆ ਜਾਵੇ, ਮਹਾਰਾਜ ਸਭ ਦੇ ਗੁਰੂ ਨੇ, ਇਹ ਤਾਂ ਨਹੀਂ ਜਾਂਦੇ ਵੀ ਸਿੱਖਾਂ ਦੇ ਗੁਰੂ ਹਨ, ਇਹ ਤਾਂ ਸਾਰੇ ਧਰਮ ਦੇ, ਸਾਰੀ ਸ੍ਰਿਸ਼ਟੀ ਦੇ ਮਾਲਕ ਹਨ ਮਹਾਰਾਜ। ਅਤੇ ਇੱਥੇ ਵਿਚਾਰਨਯੋਗ ਗੱਲ ਇਹ ਹੈ ਵੀ ਨਾਮ ਤਾਂ ਉਹੀ ਦੇ ਸਕਦਾ ਜਿਹਦੇ ਖੁਦ ਪੱਲੇ ਨਾਮ ਹੋਵੇ। ਹੁਣ ਕਿਸੇ ਨੂੰ 5 ਰੁਪਈਏ ਉਹੀ ਦੇ ਸਕਦਾ ਨਾ ਜਿਹਦੀ ਆਪਣੀ ਜੇਬ ਦੇ ਵਿੱਚ 10 ਰੁਪਈਏ ਨੇ। ਜਿਹੜਾ ਆਪ ਹੀ ਭੁੱਖਾ ਨੰਗਾ ਉਹ ਕਿਸੇ ਨੂੰ ਕੀ ਦੇਵੇਗਾ। ਇਸ ਕਰਕੇ ਮਹਾਰਾਜ ਦੇ ਕੋਲੇ ਅਤੁੱਟ ਖਜ਼ਾਨੇ ਹਨ, ਭਰੇ ਪਏ ਨੇ, ਕਦੇ ਮੁੱਕਦੇ ਨਹੀਂ, ਤੇ ਇਹ ਵੰਡੀ ਜਾ ਰਹੇ ਨੇ। ਇਸ ਕਰਕੇ ਦੇ ਵੀ ਉਹ ਸਕਦਾ ਜਿਹਦੇ ਖੁਦ ਪੱਲੇ ਹੋਵੇ। ਤੇ ਇਸੇ ਤਰ੍ਹਾਂ ਸਾਧ ਸੰਗਤ ਉਪਦੇਸ਼ ਵੀ ਉਹੀ ਅਸਰ ਕਰੇਗਾ ਜਿਹਨੇ ਖੁਦ ਕਮਾਇਆ ਹੋਵੇ। ਜਿਹੜਾ ਖੁਦ ਉਹ ਕੰਮ ਨਾ ਕਰੇ, ਧਰਮ ਦੀਆਂ ਗੱਲਾਂ ਦੂਜਿਆਂ ਨੂੰ ਦੱਸੀ ਜਾਵੇ ਵੀ ਨਾਮ ਜਪਣਾ ਚਾਹੀਦਾ, ਸੇਵਾ ਕਰਨੀ ਚਾਹੀਦੀ ਹੈ, ਅੰਮ੍ਰਿਤ ਵੇਲੇ ਉੱਠਣਾ ਚਾਹੀਦਾ, ਅੰਮ੍ਰਿਤ ਛਕਣਾ ਚਾਹੀਦਾ, ਤੇ ਖੁਦ ਅੰਮ੍ਰਿਤ ਛਕਿਆ ਨਹੀਂ, ਖੁਦ ਨਾਮ ਜਪਣਾ ਨਹੀਂ, ਤੇ ਦੂਜੇ ਨੂੰ ਆਖੀ ਜਾਣਾ। ਇਸ ਗੱਲ ਦੇ ਉੱਤੇ ਗੁਰਬਾਣੀ ਨੇ ਮੋਹਰ ਲਾਈ ਏ ਵੀ ਜਿਹੜਾ ਵੀ ਕੰਮ ਕਿਸੇ ਨੂੰ ਕਰਨ ਵਾਸਤੇ ਕਹੀਏ ਪਹਿਲਾਂ ਖੁਦ ਕਰਨਾ ਚਾਹੀਦਾ। ਪ੍ਰਥਮ ਹੈ ਮਨ ਪਰ ਬੁੱਧ ਹੈ ਆਪਣਾ, ਪਾਛੈ ਅਵਰ ਰੀ ਜਾਵੈ। ਪਹਿਲਾਂ ਆਪਣੇ ਮਨ ਨੂੰ ਪ੍ਰੇਰਨਾ ਦੇਵੋ ਤੇ ਫਿਰ ਕਿਸੇ ਨੂੰ ਆਖੋ ਕਿ ਭਾਈ ਇੱਦਾਂ ਕਰੋ।
ਤੇ ਜਿਹੜਾ ਖੁਦ ਨਾ ਕਰੇ ਦੂਜੇ ਨੂੰ ਆਖੀ ਜਾਵੇ ਉਹਦੇ ਬਾਰੇ ਵੀ ਗੁਰਬਾਣੀ ਨੇ ਆਖਿਆ ਹੈ। ਅੱਜ ਹਰੇਕ ਬੰਦੇ ਦਾ ਜ਼ੋਰ ਲੱਗਾ ਪਿਆ ਵੀ ਧਰਮ ਦੂਜੇ ਬੰਦੇ 'ਚੋਂ ਵੇਖਣਾ ਹੈ, ਆਪ ਧਰਮੀ ਨਹੀਂ ਬਣਨਾ। ਦੂਜੇ ਦੇ ਨੁਕਸ ਕੱਢ ਕੱਢ ਕੇ ਦੱਸਣਗੇ ਵੀ ਤੇਰੇ ਵਿੱਚ ਆਹ ਕਮੀ ਹੈ, ਆਪਣੇ ਅੰਦਰ ਝਾਤ ਮਾਰਨੀ ਨਹੀਂ ਵੀ ਮੇਰੇ 'ਚ ਕਮੀ ਕੀ ਹੈ। ਹਰੇਕ ਬੰਦਾ ਦੂਜੇ ਨੂੰ ਸਿੱਖਿਆ ਦੇ ਰਿਹਾ ਹੈ। ਸੋਸ਼ਲ ਮੀਡੀਆ ਭਰਿਆ ਪਿਆ ਗਿਆਨ ਦੇ ਨਾਲ, ਨਿੱਤ ਨਵਾਂ ਗਿਆਨ, ਨਿੱਤ ਨਵੀਂ ਸਵੇਰ। ਅਤੇ ਸਾਧ ਸੰਗਤ ਮੈਂ ਬੇਨਤੀ ਕਰਾਂ, ਗੁਰਬਾਣੀ ਨੇ ਇਹਦੇ ਬਾਰੇ ਆਖਿਆ ਹੈ ਵੀ ਜਿਹੜਾ ਖੁਦ ਬਚਣ ਨਾ ਨਾ ਕਮਾਵੇ ਦੂਜੇ ਨੂੰ ਆਖੀ ਜਾਵੇ, ਅਵਰ ਉਪਦੇਸੈ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ। ਉਹ ਜੰਮਦਾ ਅਤੇ ਮਰੇਗਾ ਜਿਹੜਾ ਆਪ ਕਮਾਉਂਦਾ ਨਹੀਂ ਅਤੇ ਦੂਜੇ ਨੂੰ ਕਹਿੰਦਾ ਵੀ ਇੱਦਾਂ ਕਮਾਓ। ਇਸ ਤਰ੍ਹਾਂ ਸਾਧ ਸੰਗਤ, ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਜੇ ਨਾਮ ਪਰਮੇਸ਼ਰ ਦਾ ਹਿਰਦੇ ਵਿੱਚ ਦ੍ਰਿੜ ਕਰਵਾਇਆ ਹੈ ਸਿੱਖ ਦੇ, ਅਤੇ ਪਹਿਲਾਂ ਆਪ ਉਹਦੀ ਕਮਾਈ ਕੀਤੀ ਹੈ। ਇਹ ਭਾਈ ਗੁਰਦਾਸ ਸਾਹਿਬ ਜੀ ਨੂੰ ਪੜ੍ਹਿਓ ਕਿਤੇ, ਉਹ ਲਿਖਦੇ ਨੇ ਇਸ ਗੱਲ ਨੂੰ ਵੀ ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅੱਕ ਆਹਾਰ ਕਰ, ਰੋੜਾਂ ਕੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਉ ਬਣਿਆਈ, ਬਾਬਾ ਪੈਦਾ ਸੱਚ ਖੰਡ, ਨਉ ਨਿਧ ਨਾਮ ਗਰੀਬੀ ਪਾਈ। ਜਦੋਂ ਮਹਾਰਾਜ ਘਾਲ ਕੀਤੀ, ਮਹਾਰਾਜ ਨੇ ਕਮਾਈ ਕੀਤੀ ਪਰਮੇਸ਼ਰ ਦੀ ਮਰਿਆਦਾ ਨੂੰ ਨਿਭਾ ਕਰਕੇ। ਵੈਸੇ ਤਾਂ ਮਹਾਰਾਜ ਖੁਦ ਪਰਮੇਸ਼ਰ ਹਨ, ਪਰ ਇੱਕ ਹੁੰਦਾ ਨਾ ਵੀ ਜਿਹੜੀ ਗੱਲ ਕਿਸੇ ਨੂੰ ਕਹਿਣੀ ਹੈ ਪਹਿਲਾਂ ਆਪ ਕਰਨੀ ਹੈ, ਉਹੀ ਗੱਲ ਮਹਾਰਾਜ ਨੇ ਪਹਿਲਾਂ ਆਪ ਕੀਤੀ ਹੈ, ਨਾਮ ਦੀ ਕਮਾਈ ਕੀਤੀ ਹੈ। ਜਦੋਂ ਸੱਚਖੰਡ ਗਏ ਨੇ ਅਤੇ ਉੱਥੋਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਨੇ, ਅਕਾਲ ਪੁਰਖ ਵਾਹਿਗੁਰੂ ਨੇ ਮੂਲ ਮੰਤਰ ਦੀ ਬਖਸ਼ਿਸ਼ ਕੀਤੀ ਹੈ। ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਸ੍ਰਿਸ਼ਟੀ ਦਿਸਿਆਈ, ਜਲਤੀ ਸਭ ਪ੍ਰਿਥਵੀ ਦਿਸਿਆਈ, ਬਾਚ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਫਿਰ ਚੜਿਆ ਸੋਧਣ ਧਰਤ ਲੁਕਾਈ। ਪਹਿਲਾਂ ਆਪ ਦੀ ਕਮਾਈ ਕੀਤੀ, ਨਾਮ ਦੀ ਕਮਾਈ ਕੀਤੀ, ਘਾਲਣਾ ਕੀਤੀ, ਅਤੇ ਫਿਰ ਧਰਤੀ ਦੇ ਉੱਤੇ ਚਾਰ ਉਦਾਸੀਆਂ ਕਰਕੇ ਸੰਸਾਰ ਨੂੰ ਨਾਮ ਦਾ ਉਪਦੇਸ਼ ਦਿੱਤਾ, ਜਿਹਦੇ ਬਾਰੇ ਅੱਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਨੂੰ ਬਖਸ਼ਿਸ਼ ਕਰਕੇ ਫਰਮਾ ਰਹੇ ਨੇ। ਅਤੇ ਇਸ ਤਰ੍ਹਾਂ ਸਾਧ ਸੰਗਤ, ਨਾਮ ਹੀ ਕਿਉਂ ਦ੍ਰਿੜ ਕਰਵਾਇਆ ਹੈ? ਕਿਉਂਕਿ ਨਾਮ ਸਭ ਤੋਂ ਜ਼ਰੂਰੀ ਵਸਤੂ ਹੈ, ਇਹਦੇ ਤੁੱਲ ਹੋਰ ਕੋਈ ਹੈ ਨਹੀਂ। ਤਾਂ ਹੀ ਅਸੀਂ ਰੋਜ਼ ਅਰਦਾਸ 'ਚ ਮੰਗਦੇ ਹਾਂ ਨਾ, ਮਹਾਰਾਜ ਬਖਸ਼ੋ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹਾ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ। ਇਹ ਦਾਨਾਂ ਨਾਲੋਂ ਵੀ ਵੱਡਾ ਦਾਨ ਹੈ ਨਾਮ ਦਾਨ। ਅਤੇ ਤਾਂ ਕਰਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਪਹਿਲਾਂ ਆਪ ਕਮਾਈ ਕੀਤੀ ਏ ਅਤੇ ਫਿਰ ਜਗਤ ਨੂੰ ਉਤਾਰਿਆ ਹੈ। ਕਹਿਣ ਦਾ ਭਾਵ ਵੀ ਗੁਰੂ ਸਾਹਿਬ ਦੇ ਕੋਲ ਨਾਮ ਦੇ ਖਜ਼ਾਨੇ ਅਮੁੱਕ ਹਨ, ਅਟੁੱਟ ਹਨ, ਨਹੀਂ ਤਾਂ ਬੜੇ ਗੁਰੂ ਨੇ ਸੰਸਾਰ ਦੇ ਉੱਤੇ, ਗੱਲ ਸਾਰੇ ਨਾਮ ਦੀ ਕਰਨਗੇ, ਨਾਮ ਸਾਰੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਦੀ ਕਰਨਗੇ, ਪਰ ਅੰਦਰ ਖਾਲੀ ਨੇ ਆਪਣੇ ਹਿਰਦੇ। ਵੈਸੇ ਵਿਦਵਾਨਾਂ ਨੇ ਚਾਰ ਤਰ੍ਹਾਂ ਦੇ ਗੁਰੂ ਮੰਨੇ ਨੇ, ਪਰ ਤਿੰਨ ਤਰ੍ਹਾਂ ਦੇ ਵੀ ਗੁਰੂ ਇਸ ਤਰ੍ਹਾਂ ਦਾ ਜ਼ਿਕਰ ਆਉਂਦਾ ਹੈ ਵੀ ਇੱਕ ਗੁਰੂ ਹੁੰਦੇ ਨੇ ਪੰਡਿਤ ਗੁਰੂ, ਇੱਕ ਹੁੰਦੇ ਨੇ ਅਵਧੂਤ ਗੁਰੂ, ਅਤੇ ਇੱਕ ਹੁੰਦੇ ਨੇ ਮਹਾਂਪੁਰਖ ਗੁਰੂ। ਜਿਹੜੇ ਪੰਡਿਤ ਗੁਰੂ ਹੁੰਦੇ ਨੇ ਸਾਧ ਸੰਗਤ, ਉਹ ਆਪ ਤਾਂ ਤਰਨਾ ਜਾਣਦੇ ਨਹੀਂ, ਅਤੇ ਦੂਜਿਆਂ ਨੂੰ ਆਖਣਗੇ ਭਾਈ ਪਾਣੀ ਥੋੜ੍ਹਾ ਹੀ ਹੈ, ਲੰਘ ਜਾਓ ਪਾਰਲੇ ਬੰਨੇ, ਕੋਈ ਗੱਲ ਨਹੀਂ, ਡੁੱਬ ਨਹੀਂ ਸਕਦੇ ਤੁਸੀਂ, ਪਾਰ ਲੰਘ ਸਕਦੇ ਹੋ, ਲੰਘ ਜਾਓ ਗਾਂ। ਕਹਿਣ ਦਾ ਭਾਵ ਕਿ ਖੁਦ ਵੇਦ ਸ਼ਾਸਤਰ ਸਿਮਰਤੀਆਂ ਅਤੇ ਹੋਰ ਧਾਰਮਿਕ ਗ੍ਰੰਥਾਂ ਨੂੰ ਪੜ੍ਹਦੇ ਨੇ ਅਤੇ ਪੜ੍ਹ ਕੇ ਦੂਜੇ ਨੂੰ ਸੁਣਾ ਦਿੰਦੇ ਨੇ, ਆਪ ਕਮਾਉਂਦੇ ਨਹੀਂ। ਇਸ ਤਰ੍ਹਾਂ ਜਿਹੜੇ ਗੁਰੂ ਨੇ, ਪੰਡਿਤ ਗੁਰੂ ਨੇ, ਉਹ ਦੂਜਿਆਂ ਨੂੰ ਉਪਦੇਸ਼ ਕਰਨਗੇ,
ਇਹੋ ਜਿਹੇ ਜਿਹੜੇ ਗੁਰੂ ਨੇ ਪੰਡਿਤ ਗੁਰੂ, ਇਸ ਗੁਰੂ ਦੇ ਨਾਲ ਮਿਲ ਕੇ ਕੋਈ ਮੁਕਤ ਨਹੀਂ ਹੋ ਸਕਦਾ, ਕਿਸੇ ਨੂੰ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸਿਰਫ ਇੰਨਾ ਕੁ ਇੰਨਾ ਲਾਭ ਹੁੰਦਾ ਹੈ ਕਿ ਥੋੜ੍ਹੀ ਬਹੁਤੀ ਸ਼ੰਕਾ ਮਿਟ ਜਾਂਦੀ ਹੈ। ਦੂਜੇ ਤਰ੍ਹਾਂ ਦੇ ਗੁਰੂ ਹੁੰਦੇ ਨੇ ਅਵਧੂਤ ਗੁਰੂ, ਜਿਨ੍ਹਾਂ ਦੇ ਕੋਲ ਵਿੱਦਿਆ ਨਹੀਂ ਹੁੰਦੀ, ਵਿੱਦਿਆਹੀਣ ਹੁੰਦੇ ਨੇ। ਕਿਤੇ ਕੋਈ ਕੁਦਰਤੀ ਕੋਈ ਸੰਤ ਮਹਾਂਪੁਰਖ ਮਿਲ ਜਾਵੇ ਤੇ ਉਹਦੇ ਕੋਲੋਂ ਗਿਆਨ ਹਾਸਲ ਕਰ ਲੈਂਦੇ ਨੇ, ਤੇ ਅਨਪੜ੍ਹ ਹੋਣ ਕਰਕੇ ਦੂਸਰੇ ਨੂੰ ਸਮਝਾ ਨਹੀਂ ਸਕਦੇ। ਕਹਿਣ ਦਾ ਭਾਵ ਕਿ ਜਿਹੜੀ ਸਿੱਖਿਆ ਕਿਸੇ ਮਹਾਂਪੁਰਖ ਦੇ ਕੋਲੋਂ ਲਈ ਉਹਨਾਂ ਨੇ, ਉਹ ਖੁਦ ਕਮਾ ਲੈਂਦੇ ਨੇ, ਆਪਣਾ ਮੋਹ ਮਿਟਾ ਲੈਂਦੇ ਨੇ, ਮੁਕਤ ਹੋ ਜਾਂਦੇ ਨੇ, ਪਰ ਦੂਸਰੇ ਨੂੰ ਮੁਕਤ ਨਹੀਂ ਕਰ ਸਕਦੇ। ਉਹਨਾਂ ਦੇ ਵਿੱਚ ਸਮਰੱਥਾ ਹੁੰਦੀ ਨਹੀਂ। ਜਿਵੇਂ ਲੱਕੜ ਦੀ ਲਾਠੀ, ਲੱਕੜ ਦੀ ਸੋਟੀ ਪਾਣੀ ਦੇ ਵਿੱਚ ਆਪ ਤਾਂ ਤਰ ਸਕਦੀ ਹੈ, ਪਰ ਕਿਸੇ ਦੂਸਰੇ ਨੂੰ ਨਹੀਂ ਤਾਰ ਸਕਦੀ। ਕਿਸੇ ਮਨੁੱਖ ਨੂੰ ਉਹ ਪਾਣੀ ਦੇ ਵਿੱਚ ਡੁੱਬਣ ਤੋਂ ਬਚਾ ਨਹੀਂ ਸਕਦੀ। ਹਾਂ, ਇਹ ਹੈ ਕਿ ਜੇ ਕੋਈ ਨਿੱਕਾ ਮੋਟਾ ਕੀੜਾ ਮਕੌੜਾ ਉਸ ਲੱਕੜੀ ਦੇ ਉੱਤੇ ਚੜ ਜਾਵੇ ਤਾਂ ਉਹ ਪਾਰ ਉਤਰ ਸਕਦਾ। ਇਸੇ ਤਰ੍ਹਾਂ ਜਿਹੜੇ ਇਹੋ ਜਿਹੇ ਗੁਰੂ ਹੁੰਦੇ ਨੇ ਅਵਧੂਤ ਗੁਰੂ, ਜਿਹੜੇ ਖੁਦ ਮੁਕਤ ਹੋਏ ਹੁੰਦੇ ਨੇ, ਜੇ ਕੋਈ ਨਿਮਰਤਾ ਧਾਰ ਕੇ ਕੀੜੇ ਦੇ ਵਾਂਗ ਨਿਮਰਤਾਵਾਨ ਹੋ ਕਰਕੇ ਉਹਨਾਂ ਦੀ ਚਰਨ ਸ਼ਰਨ ਦੇ ਵਿੱਚ ਜਾਂਦਾ ਹੈ, ਉਹਨਾਂ ਦੀ ਸੇਵਾ ਕਰੇ ਤੇ ਉਹ ਮੁਕਤ ਹੋ ਸਕਦਾ ਹੈ। ਇੱਕ ਤੀਸਰੇ ਤਰ੍ਹਾਂ ਦੇ ਗੁਰੂ ਹੁੰਦੇ ਨੇ ਸਾਧ ਸੰਗਤ, ਉਹ ਨੇ ਮਹਾਂਪੁਰਖ ਗੁਰੂ, ਜਿਹੜੇ ਵੱਡੇ ਵੱਡੇ ਜਹਾਜ਼ ਮਲਾਹ ਜਿਹੜੇ ਹੁੰਦੇ ਨੇ ਉਹ ਮਲਾਹ ਵਰਗੇ ਹੁੰਦੇ ਨੇ, ਵੀ ਵੱਡੇ ਵੱਡੇ ਜਹਾਜ਼ਾਂ ਨੂੰ ਪਾਰ ਉਤਾਰਨ ਕਰਨ ਦੀ ਉਹਨਾਂ 'ਚ ਸਮਰੱਥਾ ਹੁੰਦੀ ਹੈ। ਭਾਵ ਕਿ ਜਿੰਨੇ ਵੀ ਜਹਾਜ਼ ਦੇ ਵਿੱਚ ਸਵਾਰੀਆਂ ਬਹਿ ਗਈਆਂ ਉਹ ਸਾਰੇ ਪਾਰ ਕਰ ਦੇਣੇ ਨੇ। ਅਤੇ ਸਤਿਗੁਰੂ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਇਹੋ ਜਿਹੇ ਮਲਾਹ ਨੇ ਜਿਹੜੇ ਖੁਦ ਵੀ ਇਸ ਸੰਸਾਰ ਸਮੁੰਦਰ ਤੋਂ ਨਾਮ ਰੂਪੀ ਜਹਾਜ਼ ਨੂੰ ਚਲਾਉਣ ਦੀ ਜਾਚ ਉਹਨਾਂ ਨੂੰ ਖੁਦ ਹੈ, ਅਤੇ ਸਿੱਖ ਨੂੰ ਵੀ ਮਲਾਹ ਬਣਾ ਦਿੰਦੇ ਨੇ। ਜਿੰਨੇ ਵੀ ਉਹਨਾਂ ਦੇ ਜਹਾਜ਼ ਵਿੱਚ ਬੈਠ ਜਾਣ ਸਾਰੇ ਮਲਾਹ ਪੈਦਾ ਕਰ ਦਿੰਦੇ ਨੇ। ਇਹ ਨਹੀਂ ਵੀ ਉਹ ਸਵਾਰੀਆਂ ਰਹਿ ਗਈਆਂ, ਸਾਰੇ ਇਹੋ ਜਿਹੇ ਚੰਡ ਦਿੰਦੇ ਨੇ, ਬਣਾ ਦਿੰਦੇ ਨੇ ਸਿੱਖਿਆ ਦੇ ਕੇ, ਨਾਮ ਰੂਪੀ ਉਪਦੇਸ਼ ਦੇ ਕੇ, ਵੀ ਸਾਰੇ ਮਲਾਹ ਦਾ ਰੂਪ ਧਾਰਨ ਕਰ ਜਾਂਦੇ ਨੇ। ਜਿਵੇਂ ਸਤਿਗੁਰੂ ਸਾਹਿਬ ਜੀ ਨੇ ਮਲਾਹ ਬਣ ਕਰਕੇ ਸੰਸਾਰ ਨੂੰ ਵਾਹਿਗੁਰੂ ਨਾਮ ਦਾ ਉਪਦੇਸ਼ ਦੇ ਕਰਕੇ ਤਾਰਿਆ ਹੈ, ਜਿਹਦੇ ਬਾਰੇ ਭਾਈ ਗੁਰਦਾਸ ਸਾਹਿਬ ਜੀ ਆਖਦੇ ਨੇ, ਕਲਯੁਗ ਬਾਬੇ ਤਾਰਿਆ ਸਤ ਨਾਮ ਪੜ੍ਹ ਮੰਤਰ ਸੁਣਾਇਆ, ਕਲ ਤਾਰਨ ਗੁਰੂ ਨਾਨਕ ਆਇਆ। ਕਲਯੁਗ ਨੂੰ ਤਾਰਨ ਵਾਸਤੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਮਲਾਹ ਬਣ ਕੇ ਆਏ ਨੇ, ਅਤੇ ਗਾਂ ਹੋਰ ਕਈ ਮਲਾਹ ਪੈਦਾ ਕਰ ਦਿੱਤੇ ਨੇ। ਜਿਸ ਦੇ ਹਿਰਦੇ ਵਿੱਚ ਸਤਿਗੁਰੂ ਸਾਹਿਬ ਜੀ ਨਾਮ ਦਿੜ ਕਰਵਾ ਦੇਣ ਸਾਧ ਸੰਗਤ, ਉਹ ਵੀ ਸੰਸਾਰ ਤੋਂ ਬਾਕੀਆਂ ਨੂੰ ਪਾਰ ਉਤਾਰ ਕਰਨ ਦੀ ਸਮਰੱਥਾ ਰੱਖਦਾ ਹੈ। ਜਿਵੇਂ ਤੁਸੀਂ ਪੜ੍ਹਦੇ ਸੁਣਦੇ ਹੋ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਉਹ ਖੁਦ ਤਰ ਜਾਂਦੇ ਨੇ ਅਤੇ ਨਾਲ ਹੋਰਾਂ ਨੂੰ ਤਾਰਨ ਦੀ ਸਮਰੱਥਾ ਰੱਖਦੇ ਨੇ। ਅਤੇ ਜਿਹਦੇ ਹਿਰਦੇ ਵਿੱਚ ਨਾਮ ਦ੍ਰਿੜ ਹੋ ਜਾਵੇ ਉਹ ਗੁਰਮੁਖ ਬਣਦਾ ਹੈ, ਅਤੇ ਗੁਰਮੁਖ ਜਿਹੜਾ ਹੈ ਉਹਦੇ ਬਾਰੇ ਗੁਰਬਾਣੀ 'ਚ ਲਿਖਿਆ ਹੈ, ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵੈ ਇੱਕ ਕਣੀ। ਇੱਕ ਨਾਮ ਦੀ ਕਣੀ ਦੇ ਕਰਕੇ ਸੰਸਾਰ ਨੂੰ ਤਾਰ ਸਕਦਾ ਗੁਰਮੁਖ, ਜਿਹੜਾ ਵੀ ਉਹਦੀ ਸੰਗਤ ਵਿੱਚ ਆ ਜਾਵੇਗਾ, ਜਿਹੜਾ ਵੀ ਉਹਦੇ ਬਚਨਾਂ ਨੂੰ ਕਮਾ ਲਵੇਗਾ, ਉਹ ਖਾਲੀ ਨਹੀਂ ਜਾਏਗਾ, ਸੰਸਾਰ ਤੋਂ ਪਾਰ ਉਤਰ ਜਾਏਗਾ। ਭਾਈ ਗੁਰਦਾਸ ਸਾਹਿਬ ਜੀ ਨੇ ਕੈਸੇ ਗੁਰਮੁਖ ਦੀ ਉਦਾਹਰਨ ਦਿੱਤੀ ਹੈ, ਜਿਹਦਾ ਨਾਮ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਗੁਰਬਾਣੀ ਦੇ ਅੰਦਰ ਲਿਖਿਆ, ਆਪਣੀ ਲਿਖਤ ਦੇ ਵਿੱਚ ਲਿਖਿਆ ਹੈ, ਆਪਣੀਆਂ ਵਾਰਾਂ ਵਿੱਚ ਲਿਖਦੇ ਹੋਏ ਦੱਸਦੇ ਨੇ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਰਾਜੇ ਜਨਕ ਨੂੰ
ਭਾਈ ਗੁਰਦਾਸ ਸਾਹਿਬ ਜੀ ਨੇ ਵੱਡਾ ਭਗਤ ਅਤੇ ਗੁਰਮੁਖ ਦੱਸਿਆ ਹੈ ਵੀ ਜਿਵੇਂ ਜਨਕ ਰਾਜੇ ਨੇ ਨਰਕ ਖਾਲੀ ਕਰ ਦਿੱਤੇ ਸਨ ਉਹ ਵਾਰਤਾ ਭਾਈ ਗੁਰਦਾਸ ਸਾਹਿਬ ਜੀ ਨੇ ਲਿਖੀ ਆਪਣੀ ਲਿਖਤ ਦੇ ਵਿੱਚ ਵੀ ਇੱਕ ਦਿਨ ਰਾਜੇ ਜਨਕ ਦੇ ਮਨ ਦੇ ਵਿੱਚ ਫੁਰਨਾ ਆਇਆ ਵੀ ਮੈਂ ਦੇਵ ਲੋਕ ਵੇਖਣੇ ਹਨ ਜਦੋਂ ਦੇਵ ਲੋਕ ਵੇਖਣ ਵਾਸਤੇ ਗਏ ਨਾਲ ਸਾਰੇ ਦੇਵੀ ਦੇਵਤੇ ਤੁਰੇ ਜਾਂਦੇ ਨੇ ਸਤਿਕਾਰ ਵਜੋਂ ਵੀ ਨਾਮ ਕਮਾਈ ਵਾਲਾ ਸਾਡੇ ਇੱਥੇ ਚਰਨ ਪਾਉਣ ਲੱਗਾ ਹੈ ਜਦੋਂ ਤੁਰਦੇ ਜਾਣ ਅਤੇ ਰਸਤੇ ਵਿੱਚ ਨਰਕਾਂ ਦੇ ਵਿੱਚੋਂ ਪਾਪੀਆਂ ਦੀ ਆਵਾਜ਼ ਕੰਨਾਂ ਵਿੱਚ ਪਈ ਜਿਨ੍ਹਾਂ ਨੂੰ ਸਜ਼ਾ ਮਿਲ ਰਹੀ ਸੀ ਜਿਹਦੇ ਬਾਰੇ ਗੁਰਬਾਣੀ ਨੇ ਵੀ ਲਿਖਿਆ ਹੈ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ ਨਾਨਕ ਜੋ ਮਥਨ ਮਧਾਣੀਆਂ ਤਿਉਂ ਮੱਥੇ ਧਰਮ ਰਾਏ ਜਿਵੇਂ ਦਹੀਂ 'ਚ ਪਾ ਕੇ ਮਧਾਣੀ ਰਿੜਕੀ ਦੀ ਏ ਇਸ ਤਰ੍ਹਾਂ ਉਸ ਪਾਪੀਆਂ ਨੂੰ ਸਜਾਵਾਂ ਮਿਲਦੀਆਂ ਨਰਕਾਂ ਦੇ ਵਿੱਚ ਅਤੇ ਉਹਨਾਂ ਨੂੰ ਸਜਾਵਾਂ ਮਿਲ ਰਹੀਆਂ ਸਨ ਅਤੇ ਰਾਜੇ ਜਨਕ ਦੇ ਕੰਨਾਂ ਵਿੱਚ ਆਵਾਜ਼ ਪਈ ਵੀ ਇਹ ਕਿਉਂ ਦੁਖੀ ਨੇ ਸਾਰੇ ਲੋਕ ਅਤੇ ਲਾਗੋਂ ਦੱਸਿਆ ਜੀ ਇਹਨਾਂ ਨੇ ਪਾਪ ਬੜੇ ਕੀਤੇ ਨੇ ਨਿੰਦਿਆ ਬੜੀ ਕੀਤੀ ਹੈ ਇਹ ਤਾਂ ਕਰਕੇ ਹੁਣ ਇਹਨਾਂ ਨੂੰ ਸਜ਼ਾ ਮਿਲ ਰਹੀ ਹੈ ਅਤੇ ਚੀਕ ਚਿਹਾੜਾ ਪੈ ਰਿਹਾ ਜਿਹੜਾ ਗੁਰਮੁਖ ਦਾ ਹਿਰਦਾ ਹੁੰਦਾ ਸਾਧ ਸੰਗਤ ਬੜਾ ਕੋਮਲ ਹਿਰਦਾ ਹੁੰਦਾ ਅਤੇ ਪਰਉਪਕਾਰੀ ਸੁਭਾਅ ਹੁੰਦਾ ਉਹਨਾਂ ਦਾ ਰਾਜੇ ਜਨਕ ਨੂੰ ਤਰਸ ਆ ਗਿਆ ਕਹਿਣ ਲੱਗੇ ਮੈਨੂੰ ਇਹਨਾਂ 'ਤੇ ਬੜਾ ਤਰਸ ਆਇਆ ਇਹ ਕਿਵੇਂ ਛੁੱਟ ਸਕਦੇ ਨੇ ਕਹਿੰਦੇ ਜੀ ਤੁਸੀਂ ਉਹ ਮੁਕਤ ਹੋਏ ਹੋਏ ਧਰਮ ਰਾਜੇ ਨੇ ਤੁਹਾਡੀ ਗੱਲ ਮੋੜਨੀ ਨਹੀਂ ਅਤੇ ਧਰਮ ਰਾਜੇ ਨੂੰ ਜਾ ਕੇ ਹੁਕਮ ਕਰ ਦਿਓ ਇਹ ਸਾਰੇ ਛੁੱਟ ਸਕਦੇ ਨੇ ਅਤੇ ਰਾਜਾ ਜਨਕ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ ਵੀ ਧਰਮ ਰਾਜੇ ਦੇ ਕੋਲ ਗਿਆ ਫਿਰ ਜਦੋਂ ਧਰਮ ਰਾਜੇ ਨੇ ਵੇਖਿਆ ਵੀ ਗੁਰਮੁਖ ਬ੍ਰਹਮ ਗਿਆਨੀ ਰਾਜਾ ਜਨਕ ਮੇਰੇ ਦਰਬਾਰ ਵਿੱਚ ਪਹੁੰਚਿਆ ਹੈ ਅਤੇ ਆਪਣਾ ਸਿੰਘਾਸਣ ਛੱਡ ਕੇ ਅਤੇ ਮੱਥਾ ਟੇਕਿਆ ਸਾਧ ਸੰਗਤ ਉਹਨੇ ਰਾਜੇ ਜਨਕ ਨੂੰ ਵੈਸੇ ਧਰਮ ਰਾਜੇ ਦਾ ਜਿਹੜਾ ਸੁਭਾਅ ਹੈ ਬੜਾ ਕਠੋਰ ਦੱਸਿਆ ਗੁਰਬਾਣੀ ਦੇ ਵਿੱਚ ਵੀ ਬੜੇ ਦਬਕੇ ਮਾਰ ਕੇ ਦੂਜਿਆਂ ਨੂੰ ਪ੍ਰੇਰਦਾ ਹੈ ਤਾੜਨਾ ਕਰਦਾ ਹੈ ਜਿਹੜਾ ਕੋਈ ਜੀਵ ਪਾਪ ਕਰਮ ਕਰਕੇ ਪਹੁੰਚਦਾ ਉੱਥੇ ਪਰ ਜਦੋਂ ਕੋਈ ਨਾਮ ਜਪਣ ਵਾਲਾ ਗੁਰਮੁਖ ਜਾਵੇ ਅਤੇ ਉਹਨੂੰ ਅੱਗੋਂ ਹੋ ਕੇ ਸਤਿਕਾਰ ਦੇ ਨਾਲ ਮੱਥਾ ਟੇਕਦਾ ਜਿਹਦੇ ਬਾਰੇ ਗੁਰਬਾਣੀ 'ਚ ਵੀ ਲਿਖਿਆ ਹੈ ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਚਵਹਿ ਕੀਤੋ ਭਵਨ ਪੁਨੀਤ ਧਰਮ ਰਾਜ ਹੱਥ ਜੋੜ ਕੇ ਆਖਦਾ ਕਿ ਧੰਨ ਹਨ ਸਾਡੇ ਭਾਗ ਜਿਹੜੇ ਗੁਰਮੁਖ ਸਾਡੇ ਘਰ ਪਹੁੰਚੇ ਨੇ ਤੁਸੀਂ ਤੇ ਸਾਡਾ ਰਾਜ ਦਰਬਾਰ ਜਿਹੜਾ ਹੈ ਇਹ ਪਵਿੱਤਰ ਕਰ ਦਿੱਤਾ ਹੈ ਚਰਨ ਪਾ ਕੇ ਇਸ ਤਰ੍ਹਾਂ ਧਰਮ ਰਾਜੇ ਨੇ ਜਦੋਂ ਇਹੋ ਜਿਹੇ ਬਚਨ ਆਖੇ ਅਤੇ ਨਾਲ ਹੀ ਪੁੱਛਿਆ ਜੀ ਕੀ ਹੁਕਮ ਹੈ ਅਤੇ ਰਾਜੇ ਜਨਕ ਨੇ ਆਖਿਆ ਜਿਹੜੇ ਨਰਕਾਂ ਦੇ ਵਿੱਚ ਕੁਰਲਾ ਰਹੇ ਨੇ ਮੈਨੂੰ ਬੜਾ ਤਰਸ ਆਇਆ ਉਹਨਾਂ ਦੇ ਉੱਤੇ ਉਹਨਾਂ ਦੀ ਜਿਹੜੀ ਹਾਲਤ ਹੈ ਬੜੀ ਤਰਸਯੋਗ ਹੈ ਅਤੇ ਤੁਸੀਂ ਸਾਰੇ ਉਹਨਾਂ ਨੂੰ ਛੱਡ ਦਿਓ ਇਹਦੇ ਬਾਰੇ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਧਰਮ ਰਾਏ ਨੂੰ ਆਖਿਓਨ ਸਭਨਾ ਦੀ ਕਰ ਬੰਦ ਖਲਾਸੀ ਉਹਨਾਂ ਆਖਿਆ ਇਹਨਾਂ ਦੀ ਬੰਦ ਖਲਾਸੀ ਕਰ ਦੇ ਅਤੇ ਅੱਗੋਂ ਧਰਮ ਰਾਜੇ ਨੇ ਹੱਥ ਜੋੜ ਕੇ ਆਖਿਆ ਕਰੇ ਬੇਨਤੀ ਧਰਮ ਰਾਏ ਹਉ ਸੇਵਕ ਠਾਕੁਰ ਅਭਿਨਾਸੀ ਉਹਨੇ ਆਖਿਆ ਮਹਾਂਪੁਰਖੋ ਮੈਂ ਜਿਹੜਾ ਅਭਿਨਾਸੀ ਠਾਕੁਰ ਵਾਹਿਗੁਰੂ ਅਕਾਲ ਪੁਰਖ ਹੈ ਮੈਂ ਤਾਂ ਮਹਾਰਾਜ ਉਹਦਾ ਸੇਵਾਦਾਰ ਹਾਂ ਮੈਂ ਆਪਣੀ ਮਰਜ਼ੀ ਦੇ ਨਾਲ ਇਹਨਾਂ ਨੂੰ ਨਰਕਾਂ ਦੇ ਵਿੱਚੋਂ ਨਹੀਂ ਛੱਡ ਸਕਦਾ ਮੈਂ ਤਾਂ ਆਪਣੀ ਡਿਊਟੀ ਨਿਭਾ ਰਿਹਾ ਹਾਂ ਅਤੇ ਨਾਲ ਹੀ ਬੇਨਤੀ ਕੀਤੀ ਧਰਮ ਰਾਜੇ ਨੇ ਵੀ ਹਾਂ ਇੱਕ ਤਰੀਕਾ ਹੈ ਇਹਨਾਂ ਨੂੰ ਛਡਵਾਉਣ ਦਾ ਅਤੇ ਰਾਜੇ ਜਨਕ ਨੇ ਆਖਿਆ ਉਹ ਕਿਹੜਾ ਅਤੇ ਧਰਮ ਰਾਜੇ ਨੇ ਆਖਿਆ ਸਾਰੇ ਛੁੱਟ ਸਕਦੇ ਨੇ ਨਰਕ ਖਾਲੀ ਹੋ ਸਕਦਾ ਜੇ ਤੁਸੀਂ ਆਪਣੀ ਕੀਤੀ ਹੋਈ ਨਾਮ ਕਮਾਈ ਦੇ ਵਿੱਚੋਂ ਇੱਕ ਕਿਣਕਾ ਮਾਤਰ ਵੀ ਗਹਿਣੇ ਰੱਖ ਕੇ ਅਤੇ ਇਹਨਾਂ ਨੂੰ ਛੁਡਾ ਸਕਦੇ ਹੋ ਕਿਣਕਾ ਮਾਤਰ ਨਾਮ ਦੀ ਮਹਾਨਤਾ ਸਾਧ ਸੰਗਤ ਕੀ ਹੈ ਜਿਹਦੇ ਬਾਰੇ ਅੱਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੱਸ ਰਹੇ ਨੇ
ਵੀ ਨਾਮ ਦ੍ਰਿੜ ਕਰਵਾਉਣਾ, ਗੁਰਮੁਖ ਦੇ ਹਿਰਦੇ ਵਿੱਚ ਦ੍ਰਿੜ ਹੋਇਆ ਹੋਇਆ ਨਾਮ ਕਿੰਨੀ ਬਖਸ਼ਿਸ਼ਾਂ ਅਤੇ ਬਰਕਤਾਂ ਰੱਖਦਾ ਹੈ, ਇਹ ਰਾਜੇ ਜਨਕ ਦਾ ਇਤਿਹਾਸ ਦੱਸਦਾ। ਰਾਜੇ ਜਨਕ ਨੇ ਆਖਿਆ, ਜੀ ਮੇਰੀ ਕਮਾਈ ਦੇ ਵਿੱਚੋਂ ਜਿੰਨਾ ਵੀ ਨਾਮ ਤੁਹਾਨੂੰ ਚਾਹੀਦਾ ਲੈ ਲਓ ਅਤੇ ਇਹਨਾਂ ਸਾਰਿਆਂ ਨੂੰ ਛੱਡ ਦਿਓ। ਫਿਰ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ ਵੀ ਗਹਿਣੇ ਧਰਿਓਨ ਇੱਕ ਨਾਮ, ਇੱਕ ਕਿਣਕਾ ਮਾਤਰ ਨਾਮ ਧਰਮ ਰਾਜੇ ਨੇ ਲੈ ਕਰਕੇ ਅਤੇ ਸਾਧ ਸੰਗਤ ਸਾਰੇ ਨਰਕ ਖਾਲੀ ਕਰ ਦਿੱਤੇ ਰਾਜੇ ਜਨਕ ਨੇ, ਜਿਹਦੇ ਬਾਰੇ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ ਵੀ ਨਰਕ ਹੋਂ ਛੁੱਟੇ ਜੀ ਜੰਤ, ਕੱਟੀ ਗਲਹੋਂ ਸਿਲਕ ਜਮ ਫਾਸੀ, ਮੁਕਤ ਜੁਕਤ ਨਾਵੈ ਕੀ ਦਾਸੀ। ਰਾਜੇ ਜਨਕ ਨੇ ਇਸੇ ਵਾਹਿਗੁਰੂ ਦੇ ਨਾਮ ਦੇ ਆਧਾਰ ਦੇ ਨਾਲ, ਇਸੇ ਓਟ ਆਸਰੇ ਦੇ ਨਾਲ ਨਰਕ ਖਾਲੀ ਕਰਵਾ ਦਿੱਤੇ ਸਨ। ਅਤੇ ਇਸ ਤਰ੍ਹਾਂ ਸਾਧ ਸੰਗਤ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਖਦੇ ਨੇ ਵੀ ਤਾਂ ਹੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਰੂ ਨਾਨਕ ਹਰ ਨਾਮ ਦ੍ਰਿੜਾਇਆ, ਇਸ ਕਰਕੇ ਹਿਰਦੇ ਵਿੱਚ ਨਾਮ ਦੀ ਬਖਸ਼ਿਸ਼ ਕੀਤੀ ਹੈ, ਕਿਉਂਕਿ ਨਾਮ ਸਭ ਬਰਕਤਾਂ ਦਾ ਮਾਲਕ ਹੈ, ਸਭ ਬਖਸ਼ਿਸ਼ਾਂ, ਸਭ ਫਲ, ਸਭ ਇੱਛਾਵਾਂ, ਸਭ ਮੁਕਤ ਜੁਗਤ ਨਾਮ ਦੇ ਵਿੱਚ ਹੈ। ਇਸ ਕਰਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਨਾਮ ਦ੍ਰਿੜ ਕਰਵਾਉਣਾ ਕੀਤਾ ਹੈ ਜੀ। ਪ੍ਰਭ ਸਦਾ ਸੰਭਾਲੇ ਮਿੱਤਰ ਤੂੰ, ਦੁੱਖ ਸਬਾਇਆ ਲੱਥ। ਅੱਗੇ ਸਤਿਗੁਰੂ ਸਾਹਿਬ ਜੀ ਫਰਮਾ ਰਹੇ ਨੇ ਕਿ ਹੇ ਮਿੱਤਰ, ਹੇ ਗੁਰਸਿੱਖੋ, ਹੇ ਗੁਰੂ ਕੀ ਸਾਧ ਸੰਗਤ, ਹੇ ਜਗਿਆਸੂ, ਧਿਆਨ ਨਾਲ ਸੁਣ। ਇਸ ਤਰ੍ਹਾਂ ਤੂੰ ਉਸ ਵਾਹਿਗੁਰੂ ਦੇ ਨਾਮ ਦੀ ਜੇ ਤੂੰ ਜਾਚਨਾ ਕਰੇ ਤੇ ਪ੍ਰਭ ਸਦਾ ਸੰਭਾਲੇ ਹੈ ਮਿੱਤਰ ਤੂੰ, ਜੇ ਤੂੰ ਉਸ ਵਾਹਿਗੁਰੂ ਨੂੰ ਸੰਭਾਲੇ ਭਾਵ ਕੇ ਯਾਦ ਕਰੇ, ਉਸ ਨਾਮ ਦਾ ਚਿੰਤਨ ਕਰੇ, ਉਸ ਨਾਮ ਦੀ ਕਮਾਈ ਕਰੇ, ਤਾਂ ਦੁੱਖ ਸਬਾਇਆ ਲੱਥ, ਤੇਰੇ ਜਿੰਨੇ ਦੁੱਖ ਨੇ ਇਹ ਸਾਰੇ ਉਤਰ ਜਾਣਗੇ। ਚਾਰ ਤਰ੍ਹਾਂ ਦੇ ਵੱਡੇ ਦੁੱਖ ਮੰਨੇ ਗਏ ਨੇ, ਜਿਹਦੇ ਬਾਰੇ ਗੁਰਬਾਣੀ 'ਚ ਵੀ ਲਿਖਿਆ ਹੈ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮ ਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਭਾਵ ਕਿ ਇੱਕ ਵੱਡਾ ਸਭ ਨੂੰ ਦੁੱਖ ਹੈ ਵਿਛੋੜੇ ਦਾ, ਪਰਮੇਸ਼ਰ ਦੇ ਨਾਲੋਂ ਵਿਛੜਿਆ ਹੋਇਆ ਜੀਵ ਜਨਮ ਮਰਨ ਵਿੱਚ ਪਿਆ ਹੈ, ਸਭ ਨੂੰ ਵੱਡਾ ਵਿਛੋੜਾ ਹੈ। ਕੋਈ ਘਰ ਦਾ ਮੈਂਬਰ ਦੂਰ ਚਲਾ ਜਾਵੇ ਘਰ ਦੇ ਵਿੱਚੋਂ, ਅਤੇ ਬਾਕੀ ਜਿਹੜੇ ਘਰ ਦੇ ਜੀ ਨੇ, ਸਨੇਹ ਕਰਨ ਵਾਲੇ ਨੇ, ਸਾਰੇ ਹੀ ਉਹਨੂੰ ਬੜਾ ਯਾਦ ਕਰ ਕਰਕੇ ਦੁਖੀ ਹੁੰਦੇ ਨੇ। ਜੇ ਕੋਈ ਪਰਿਵਾਰ ਦੇ ਵਿੱਚੋਂ ਵਿਛੜ ਜਾਵੇ ਤਾਂ ਉਹਦਾ ਚੇਤਾ ਬੜਾ ਆਉਂਦਾ ਹੈ। ਦੂਰ ਬੈਠੇ ਦਾ ਜਿਹੜਾ ਹੈ ਉਹ ਧਿਆਨ ਉਹਦੇ ਵਿੱਚ ਹੀ ਰਹਿੰਦਾ ਹੈ। ਇਸ ਕਰਕੇ ਇਹ ਵਿਛੋੜਾ ਜਿਹੜਾ ਹੈ ਇਹ ਵੱਡਾ ਦੁੱਖਦਾਈ ਹੈ। ਸਰੀਰ ਨੂੰ ਰੋਗ ਲੱਗ ਜਾਣਾ ਅਤੇ ਡਾਕਟਰਾਂ ਨੇ ਜਵਾਬ ਦੇ ਦੇਣਾ, ਇਹ ਸਭ ਤੋਂ ਵੱਡਾ ਵਿਛੋੜਾ ਦੂਜੇ ਨੰਬਰ ਦਾ ਹੈ। ਤੀਸਰੇ ਨੰਬਰ 'ਤੇ ਜਮਦੂਤਾਂ ਦੀ ਮਾਰ, ਪਰਲੋਕ ਦਾ ਜਿਹੜਾ ਦੁੱਖ ਹੈ ਇਹ ਵੀ ਬੜਾ ਵੱਡਾ ਦੁੱਖ ਹੈ। ਅਤੇ ਇਸ ਤਰ੍ਹਾਂ ਸਾਧ ਸੰਗਤ, ਸਰੀਰ ਨੂੰ ਭੁੱਖ ਲੱਗਣੀ, ਪ੍ਰਸ਼ਾਦਾ ਨਾ ਮਿਲਣਾ, ਇਹ ਦੂਸਰੇ ਨੰਬਰ ਦਾ ਦੁੱਖ ਦੱਸਿਆ ਗੁਰਬਾਣੀ ਨੇ। ਪਹਿਲੇ ਨੰਬਰ ਤਾਂ ਵਿਛੋੜੇ ਦਾ ਦੁੱਖ, ਦੂਸਰਾ ਹੈ ਭੁੱਖ ਦਾ, ਤੀਸਰਾ ਹੈ ਜਮਾਂ ਦਾ, ਅਤੇ ਚੌਥਾ ਹੈ ਸਰੀਰ ਦਾ। ਅਤੇ ਹੋਰ ਅਨੇਕਾਂ ਪ੍ਰਕਾਰ ਦੇ ਦੁੱਖ ਜੀਵ ਨੂੰ ਲੱਗੇ ਹੋਏ ਨੇ। ਅਤੇ ਇਸ ਤਰ੍ਹਾਂ ਮਹਾਰਾਜ ਕਹਿੰਦੇ, ਜੇ ਤੂੰ ਨਾਮ ਜਪੇ, ਨਾਮ ਨੂੰ ਯਾਦ ਕਰੇ, ਤਾਂ ਤੇਰੇ ਦੁੱਖ ਉੱਤਰ ਸਕਦੇ ਨੇ। ਜਿਹਦੇ ਬਾਰੇ ਕਲਗੀਧਰ ਪਾਤਸ਼ਾਹ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ 'ਚ ਵੀ ਲਿਖਦੇ ਨੇ, ਏਕ ਵਾਰ ਜਿਨ ਤੁਮੈਂ ਸੰਭਾਰਾ, ਕਾਲ ਫਾਸਤੇ ਤਾਹੇ ਉਬਾਰਾ, ਜਿਨ ਨਰ ਨਾਮ ਤਿਹਾਰੋ ਕਹਾ, ਦਾਰਿਦ ਦੁਸ਼ਟ ਦੋਖ ਤੇ ਰਹਾ,
जे कोई याद करे सतनाम श्री वाहिगुरू उहदे अपने दुख मिट जाणगे ते गवांढियां दे वी मिट जाणगे। ये भी साध संगत भरोसा रखना है। नाम जपण वाले दा तां गवांढी भी दुखी नहीं हो सकता। सिख नूं इन्ना भरोसा होवे नाम दे उत्ते। इस करके महाराज भरोसा दृढ़ करवाउंदिआं होइआं कह रहे ने कि हे मित्र तूं उस नाम नूं याद करिआ कर, अमृत वेले उठ के इहदा अभ्यास करिआ कर। महला पंजवा खुदियावंत ना जानई लाज कुलाज कबूल। धन गुरु अर्जन देव साहब जी महाराज अगे बख्शिश करके समझा रहे ने भी खुदियावंत, खुदियावंत नाम है भुखे इंसान का जिन्हों भुख लगी हो। उदाहरण दे के समझा रहे ने भी नाम किवें मंगना है। नाम इस तरह नहीं भी नाम इदा ही मिल जाता हिरदे विच, नहीं। वाहिगुरु दे कोलों सतगुरु साहब जी दे कोलों नाम लैण वास्ते बड़े निमाणे होना पैना है। जुगती दस रहे ने नाम लैण दी, महाराज किवें कहिंदे जिवें खुदियावंत कोई रोटी कोलों भुखा होया होया इंसान जिन्हों भुख बड़ी लगी होवे भिखारी होवे किसी दे घर रोटी मंगण जाता है, कुछ आटा मंगण वास्ते जाता है तो घर वाले तो पहला बूह ही नहीं खोलते, कहिंदे रोज़ आ जाते ने मंगण वास्ते। पहला तो उहदी बेइज्जती करनगे रज के, तो इस तरह उहदी बेइज्जती करन तों बाद उहदा अपमान करन तों बाद फिर कई तो यह कह देंदे ने भी चंगा भला है कम कर करिया कर। इस तरह के ताने मेने जड़ा है वह भुखा इंसान जड़ा भिखारी है मंगण वाला वह सुनता है, पर कदे भी भिखारी वाल वेखियो कदे अखां थोड़ा विखाउंदा है किसी नूं। उहदियां अखां हमेशा नीवियां होणगियां, गरीब निमाणा जिहा बन के खलोता रहेगा जिन्ना कोई मर्जी बोल कबोल उहनूं बोलदा रहे। महाराज कहिंदे जिवें खुदियावंत ना जाणई लाज कुलाज कबोल, जिवें भिखारी नूं रोटी मंगण वाले नूं लाज कुलाज शर्म कुशर्म नहीं हुंदी, उहनूं किसे दे भैड़े बोलां दी परवाह नहीं हुंदी। कई तो एडे ढीठ हो के बह जाते ने, कहें जे 10 रुपये 100 रुपया दोगे तो जाना नहीं तो अच्छे तो बूहे तो बैठे रहना सी। महाराज कहें जिवें वह ढीठ हो के बैठा रहिंदा ना, जिवें वह परवाह नहीं करता किसी की, लाज कुलाज शर्म नहीं महसूस करता किसी के भैड़े बोलों सुन के, उन्होंने शर्म नहीं आती, वह अपमान नहीं महसूस करता। इस तरह हे सिख तू सतगुरु साहब की चरणा के डिगा रह, निमाणा हो के पया रह, किसी की परवाह ना कर। समाज के जदों कोई धर्म कमाउन लगे ना तो दुनिया बड़े उन्होंने गल्ला करती है, बहुते तो ता ही नहीं अमृत छकते, कहिंदे रिश्तेदार की आखणगे बड़ी शर्म आउंदी है, गली महल्ले वाले की कहणगे भी अमृत छक लिया है। इन्ना डर साध संगत रब का नहीं जिन्ना लोगों नूं डर दुनिया का है भी लोकी की आखणगे। महाराज कहिंदे लोगों की लाज कुलाज जिहड़े बोल कबोल ने धर्म कमाउण वास्ते नाम जपण दे लई इन्हां दी परवाह ना कर, किसी की भी बेपरवाह होके नाम नूं जप। नानक मांगै नाम हर कर किरपा संजोग। धन गुरु नानक देव साहिब महाराज के 5वें सरूप श्री गुरु अर्जन देव महाराज जी फरमा रहे ने कि हे भाई कृपा करके इस तरह वाहिगुरु नूं बेनती करके महाराज कृपा करके नाम की बख्शिश करो, तो वाहिगुरु अकाल पुरख फिर नाम दे नाल जोड़ देंदे हन संजोग बना देंदे हन। पौड़ी जे वेहे कर्म कमावदा ते वेहे फल ते। अगे सतगुरु साहब जी पौड़ी दे राही उच्चारण करदे ने भी निंदकां दा की हाल है। पहला तो समझाया भी नाम जपण वाले की बख्शिश जिहड़ी है, नाम की बख्शिश की है, तो नाम जपण वालियां दे विच बरकतां की ने।
ਤੇ ਨਾਮ ਮੰਗਣਾ ਕਿਵੇਂ ਹੈ। ਹੁਣ ਅੱਗੇ ਸਮਝਾ ਰਹੇ ਨੇ ਵੀ ਜਿਨ੍ਹਾਂ ਦਾ ਸੁਭਾਅ ਬਣ ਗਿਆ ਵੀ ਹਰ ਵੇਲੇ ਨਿੰਦਿਆ ਹੀ ਕਰਦੇ ਰਹਿਣਾ, ਦੂਸਰੇ ਨੂੰ ਭੰਡਦੇ ਰਹਿਣਾ, ਕਿਸੇ ਨੂੰ ਸਹਾਰਨਾ ਨਹੀਂ, ਕਿਸੇ ਨੂੰ ਚੜ੍ਹਦੀ ਕਲਾ ਵੇਖ ਕੇ ਜਰਨਾ ਨਹੀਂ। ਮਹਾਰਾਜ ਕਹਿੰਦੇ ਜਿਹੜੇ ਨਿੰਦਿਆ ਕਰਨ ਵਾਲੇ ਪੁਰਖ ਨੇ ਉਹਨਾਂ ਦਾ ਹਾਲਾਤ ਇਹ ਹੈ, ਉਹਨਾਂ ਦੀ ਹਾਲਤ ਇਹ ਹੈ ਕਿ ਜਿਵੇਂ ਇਹ ਕਰਮ ਕਮਾਵਦੇ, ਜਿਵੇਂ ਜਿਵੇਂ ਉਹ ਪਾਪਾਂ ਦੇ ਕਰਮ ਕਰਦੇ ਨੇ, ਜਿਵੇਂ ਜਿਵੇਂ ਉਹ ਨਿੰਦਿਆ ਕਰਦੇ ਨੇ, ਤੇ ਵੇਹ ਇਹ ਫਲਦੇ, ਉਹਨਾਂ ਦੀ ਨਿੰਦਿਆ ਦਾ ਫਲ ਜਿਹੜਾ ਹੈ ਇਕੱਠਾ ਹੁੰਦਾ ਰਹਿੰਦਾ ਹੈ ਅਤੇ ਅੱਗੇ ਪਰਲੋਕ ਵਿੱਚ ਜਾ ਕੇ ਇਸ ਭੈੜੇ ਕੀਤੇ ਹੋਏ ਨਿੰਦਿਆ ਕਰਮਾਂ ਦੀ, ਪਾਪਾਂ ਦੀ ਉਹਨਾਂ ਨੂੰ ਸਜ਼ਾ ਮਿਲਦੀ ਹੈ। ਇਸ ਤਰ੍ਹਾਂ ਨਿੰਦਿਆ ਕਰਮ ਦਾ ਜਿਹੜਾ ਫਲ ਹੈ ਉਹ ਇਕੱਠਾ ਹੁੰਦਾ ਰਹਿੰਦਾ ਹੈ ਜੀ। ਚੱਬੇ ਤੱਤਾ ਲੋਹ ਸਾਰ ਵਿੱਚ ਸੰਗੈ ਪਲ ਤੇ। ਹੁਣ ਜਿਹੜਾ ਨਿੰਦਿਆ ਕਰਨ ਵਾਲਾ ਨਾ ਸਾਧ ਸੰਗਤ ਜਦੋਂ ਨਿੰਦਿਆ ਕਰੇਗਾ ਤੇ ਬੜਾ ਰਸ ਲਵੇਗਾ ਉਹਦੇ ਵਿੱਚੋਂ, ਕਿਸੇ ਦੀ ਬੁਰਿਆਈ ਕਰਕੇ ਬੜਾ ਖੁਸ਼ ਹੋਵੇਗਾ। ਪਹਿਲਾਂ ਤਾਂ ਨਿੰਦਿਆ ਬੜੀ ਮਿੱਠੀ ਲੱਗਦੀ ਹੈ, ਪਰ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਵੀ ਇਹ ਜਿਹੜੀ ਨਿੰਦਿਆ ਹੈ ਇਸ ਤਰ੍ਹਾਂ ਹੈ ਜਿਵੇਂ ਫੁਲਾਦੀ ਲੋਹਾ ਗਰਮ ਹੋਇਆ ਹੋਵੇ, ਗਰਮ ਹੋਇਆ ਹੋਵੇ ਅੱਗ ਦੇ ਉੱਤੇ ਅਤੇ ਪੂਰਾ ਲਾਲ ਹੋਇਆ ਹੋਵੇ, ਅਤੇ ਜੇ ਕੋਈ ਗਲ ਦੇ ਵਿੱਚ ਲੰਘਾ ਲਵੇ ਆਪਣੇ, ਖਾ ਲਵੇ ਲੋਹੇ ਨੂੰ, ਅਤੇ ਜਿਵੇਂ ਰੋਟੀ ਖਾਈ ਦੀਏ ਉਸ ਤਰ੍ਹਾਂ ਤਾਂ ਉਹਨੇ ਲੰਘਣਾ ਨਹੀਂ, ਸੰਗ ਦੇ ਵਿੱਚੋਂ ਗਲੇ ਦੇ ਵਿੱਚੋਂ ਉਹ ਲੰਘੇਗਾ ਨਹੀਂ, ਉੱਥੇ ਹੀ ਫਸ ਜਾਵੇਗਾ। ਇਸੇ ਤਰ੍ਹਾਂ ਜਿਹੜੀ ਨਿੰਦਿਆ ਕਰਨੀ ਹੈ ਸਾਧ ਸੰਗਤ ਇਸ ਤਰ੍ਹਾਂ ਹੈ, ਸਤਿਗੁਰੂ ਸਾਹਿਬ ਜੀ ਕਹਿ ਰਹੇ ਨੇ ਵੀ ਜਿਵੇਂ ਲੋਹੇ ਨੂੰ ਗਰਮ ਕਰਕੇ ਪੂਰਾ ਲਾਲ ਕਰਕੇ ਚੱਬਣਾ ਹੋਵੇ ਗਲੇ ਦੇ ਰਾਹੀਂ, ਇਸ ਤਰ੍ਹਾਂ ਇਹਦਾ ਭਿਆਨਕ ਦੁੱਖ ਹੈ ਜੀ। ਘਾਤ ਗਲਾਵਾਂ ਚਾਲਿਆ ਤਿੰਨ ਦੂਤ ਅਮਲ ਤੇ। ਹੁਣ ਜਿਹੜੇ ਨਿੰਦਕ ਨੇ ਅਮਲ ਕੀਤੇ ਨੇ, ਭਾਵ ਕਿ ਕਰਮ ਕੀਤੇ ਨੇ ਭੈੜੇ, ਦਿਨ ਰਾਤ ਨਿੰਦਿਆ ਹੀ ਕੀਤੀ ਹੈ, ਨਾਮ ਜਪਿਆ ਹੀ ਨਹੀਂ, ਕਹਿੰਦੇ ਉਸੇ ਦੇ ਹਿਸਾਬ ਦੇ ਨਾਲ, ਕਰਮਾਂ ਦੇ ਹਿਸਾਬ ਦੇ ਨਾਲ ਫਿਰ ਜਿਹੜੇ ਜਮ ਨੇ ਉਹਦੇ ਸਰੀਰ ਦੇ ਵਿੱਚੋਂ ਪ੍ਰਾਣ ਕੱਢ ਕਰਕੇ ਫਿਰ ਪਰਲੋਕ ਨੂੰ ਲੈ ਜਾਂਦੇ ਨੇ। ਇਹ ਭੈੜੇ ਕਰਮਾਂ ਦਾ ਉਹਨੂੰ ਫਲ ਮਿਲਿਆ ਹੈ ਜੀ। ਕਾਈ ਆਸ ਨ ਪੁੰਨਿਆ ਨਿਤ ਪਰ ਮਲ ਹਿਰਤੇ। ਫਿਰ ਜਿਹੜਾ ਸਾਧ ਸੰਗਤ ਨਿੰਦਿਆ ਕਰਨ ਵਾਲਾ ਹੈ, ਪਰਾਇਆ ਧਨ ਚੁਰਾਉਣ ਵਾਲਾ ਹੈ, ਪਰਾਏ ਰੂਪ ਦੇ ਉੱਤੇ ਭੈੜੀ ਨਿਗਾਹ ਰੱਖਣ ਵਾਲਾ ਹੈ, ਕਿਸੇ ਦੀ ਨਿੰਦਿਆ ਦੀ ਮੈਲ ਨੂੰ ਚੁਰਾਉਣ ਵਾਲਾ ਹੈ, ਇਕੱਠਾ ਕਰਨ ਵਾਲਾ ਹੈ, ਉਹਦੀ ਸਾਧ ਸੰਗਤ ਕੋਈ ਵੀ ਇੱਛਾ ਪੂਰੀ ਹੁੰਦੀ ਨਹੀਂ। ਭਾਵੇਂ ਉਹ ਜਿੰਨਾ ਮਰਜ਼ੀ ਯਤਨ ਕਰਦਾ ਰਹੇ ਵੀ ਕਿਸੇ ਦਾ ਵਿਗਾੜ ਕੇ ਅਤੇ ਮੈਂ ਆਪਣਾ ਸਵਾਰ ਲਵਾਂ, ਉਹਦੀ ਕਿਸੇ ਵੀ ਤਰ੍ਹਾਂ ਦੀ ਮਨੋਕਾਮਨਾ ਉਹ ਪਰਮੇਸ਼ਰ ਪੂਰੀ ਹੋਣ ਨਹੀਂ ਦਿੰਦਾ ਹੈ। ਕੀਆ ਨਾ ਜਾਣ ਅਕਿਰਤ ਘਨ ਵਿੱਚ ਜੋਨੀ ਫਿਰਤੇ। ਇਸ ਤਰ੍ਹਾਂ ਦੇ ਜਿਹੜੇ ਨਿੰਦਕ ਲੋਕ ਨੇ ਇਹ ਅਕਿਰਤ ਕਣ ਲੋਕ ਨੇ, ਅਤੇ ਇਕੱਲੇ ਨਿੰਦਕ ਹੀ ਨਹੀਂ ਸਾਧ ਸੰਗਤ ਜਿਹੜੇ ਨਾਮ ਨਹੀਂ ਨਾ ਜਪਦੇ ਸਾਰੇ ਹੀ ਇਕਿਰਤ ਕਣ ਹਨ। ਜਿਸ ਵਾਹਿਗੁਰੂ ਨੇ ਐਡਾ ਵਧੀਆ ਮਨੁੱਖਾ ਜੀਵਨ ਦਿੱਤਾ ਹੈ, ਪਰਿਵਾਰ ਦਿੱਤਾ ਹੈ, ਸਵਾਸ ਦਿੱਤੇ ਨੇ, ਸਾਰਾ ਕੁਝ ਦਿੱਤਾ ਹੈ, ਐਸੇ ਵਾਹਿਗੁਰੂ ਨੂੰ ਵਿਸਾਰ ਦੇਣਾ ਇਹ ਅਕਿਰਤ ਕਣਾਂ ਦਾ ਨਿਸ਼ਾਨੀ ਹੈ। ਮਹਾਰਾਜ ਕਹਿੰਦੇ ਇਹੋ ਜਿਹੇ ਜਿਹੜੇ ਅਕਿਰਤ ਕਣ ਨੇ ਫਿਰ ਵਾਹਿਗੁਰੂ ਇਹਨਾਂ ਨੂੰ ਸਜ਼ਾ ਇਹ ਦਿੰਦਾ ਹੈ ਵੀ ਜਨਮ ਮਰਨ ਦੇ ਵਿੱਚ ਪਏ ਰਹਿੰਦੇ ਨੇ, ਜੂਨਾਂ ਦੇ ਵਿੱਚ ਘੁੰਮਦੇ ਰਹਿੰਦੇ ਹਨ। ਸਭੇ ਤੇਰਾ ਨਿਖੁਠੀਅਸ ਹਿਰ ਲਈਅਸ ਧਰਤੇ। ਪਰ ਇਹੋ ਜਿਹੜੇ ਨਿੰਦਿਆ ਪਾਪ ਕਰਮ ਕਰਨ ਵਾਲੇ ਨੇ ਇਹਨਾਂ ਦੀਆਂ ਸਾਰੀਆਂ ਧਿਰਾਂ ਜਿੰਨੇ ਵੀ ਪੱਖ ਨੇ ਕੋਈ ਵੀ ਇਹਨਾਂ ਦੀ ਹਾਮੀ ਭਰਦਾ ਨਹੀਂ, ਸਾਰੇ ਆਸਰੇ ਹੀ ਇਹਨਾਂ ਦੇ ਮੁੱਕ ਜਾਂਦੇ ਨੇ, ਕਿਸੇ ਤਰ੍ਹਾਂ ਦਾ ਵੀ ਆਸਰਾ ਇਹਨਾਂ ਦਾ ਰਹਿੰਦਾ ਨਹੀਂ। ਅਤੇ ਇੱਦਾਂ ਹੀ ਸਾਧ ਸੰਗਤ ਇਹ ਨਿਰਾਸ਼ ਹੋ ਕੇ ਦੁਨੀਆਂ ਤੋਂ ਜਾਂਦੇ ਹਨ। ਜਨ ਕਲ ਹੈ ਨਾ ਦੇਵ ਦਾ ਤਾਂ ਲਿਆ ਕਰਤੇ। ਇਹੋ ਜਿਹੇ ਜਿਹੜੇ ਨਿੰਦਕ ਲੋਕ ਨੇ ਉਹਦੇ ਬਾਰੇ ਮਹਾਰਾਜ ਦੱਸਦੇ ਨੇ ਵੀ ਇਹ ਇਹੋ ਜਿਹਾ ਇਹਨਾਂ ਦਾ ਸੁਭਾਅ ਹੁੰਦਾ ਵੀ ਇੱਕ ਪਾਸੇ ਗੱਲ ਕਰਕੇ ਲੜਾਈ
ਉੱਥੇ ਸ਼ੁਰੂ ਕਰਾ ਦੇਣਗੇ ਅਤੇ ਦੂਜੇ ਪਾਸੇ ਫਿਰ ਲੜਾਈ ਸ਼ੁਰੂ ਕਰਾ ਦੇਣਗੇ। ਇਹ ਲੜਾਈ ਮੁੱਕਣ ਹੀ ਨਹੀਂ ਦਿੰਦੇ, ਝਗੜਾ ਮੁੱਕਣ ਹੀ ਨਹੀਂ ਦਿੰਦੇ। ਇਸ ਤਰ੍ਹਾਂ ਦਾ ਇਹਨਾਂ ਦਾ ਖੋਟਾ ਸੁਭਾਅ ਵੇਖ ਕੇ ਅਕਾਲ ਪੁਰਖ ਵਾਹਿਗੁਰੂ ਇਹਨਾਂ ਨੂੰ ਸਜ਼ਾ ਦਿੰਦਾ ਹੈ ਵੀ ਇਹਨਾਂ ਦੇ ਪ੍ਰਾਣ ਹੀ ਕੱਢ ਲੈਂਦਾ ਹੈ। ਜੋ ਜੋ ਕਰਤੇ ਅਹੰ ਮਿਓ ਝਾੜ ਧਰਤੀ ਪੜਤੇ। ਜਿਨ੍ਹਾਂ ਜਿਨ੍ਹਾਂ ਨੇ ਵੀ ਅੱਜ ਤੱਕ ਹੰਕਾਰ ਕੀਤਾ ਹੈ ਕਿ ਮੈਂ ਹੀ ਸਭ ਕੁਝ ਹਾਂ, ਮੇਰੇ ਤੋਂ ਪਰੇ ਕੁਝ ਵੀ ਨਹੀਂ, ਜੋ ਕੁਝ ਹੈ ਮੈਂ ਹੀ ਹਾਂ, ਐਸੇ ਹਉਮੈ ਹੰਕਾਰ ਕਰਨ ਵਾਲਿਆਂ ਨੂੰ ਵਾਹਿਗੁਰੂ ਫਿਰ ਬਖਸ਼ਦਾ ਨਹੀਂ। ਕਿਉਂਕਿ ਹਰ ਜੂ ਅਹੰਕਾਰ ਨਾ ਭਾਵਈ ਵੇਦ ਕੂਕ ਸੁਣਾਹੇ। ਵਾਹਿਗੁਰੂ ਨੂੰ ਅਹੰਕਾਰ ਚੰਗਾ ਨਹੀਂ ਲੱਗਦਾ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਇਹੋ ਜਿਹੇ ਹੰਕਾਰੀ ਜਿਹੜੇ ਪੁਰਸ਼ ਹਨ ਸਤਿਗੁਰੂ ਸਾਹਿਬ ਜੀ ਆਖਦੇ ਨੇ, ਫਿਰ ਉਹਨਾਂ ਨੂੰ ਇਹ ਸਜ਼ਾ ਮਿਲਦੀ ਹੈ ਵੀ ਝੜ ਧਰਤੀ ਪੜਤੇ। ਉਹ ਫਿਰ ਧਰਤੀ ਦੇ ਉੱਤੇ ਦੁਬਾਰਾ ਜਨਮ ਲੈ ਕੇ ਡਿੱਗਦੇ ਨੇ ਅਤੇ ਜੂਨਾਂ ਵਿੱਚ ਪੈ ਜਾਂਦੇ ਹਨ। ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਨੇ ਅੱਜ ਦੇ ਇਸ ਸਲੋਕ ਮਹੱਲੇ ਪੌੜੀ ਦੇ ਰਾਹੀਂ ਨਾਮ ਦੀ ਮਹਾਨਤਾ ਦੱਸੀ ਹੈ, ਨਾਮ ਮੰਗਣਾ ਕਿਵੇਂ ਹੈ ਇਹਦੀ ਮਹਾਨਤਾ ਦੱਸੀ ਹੈ, ਖਿਮਾ ਜਾਚਨਾ ਕਰਨ ਦੀ ਅਰਦਾਸ ਦੱਸੀ ਹੈ, ਮੰਗਣ ਦੀ ਜਾਚ ਦੱਸੀ ਹੈ ਅਤੇ ਗੁਰਮੁਖਾਂ ਦੀ ਸੰਗਤ ਦਾ ਫਲ ਦੱਸਿਆ ਹੈ। ਅਤੇ ਉੱਥੇ ਹੀ ਨਿੰਦਕਾਂ ਨੂੰ ਸਜਾਵਾਂ ਦੱਸੀਆਂ ਨੇ ਵੀ ਨਿੰਦਕ ਜਿਹੜੇ ਜਿਹੜੇ ਕਰਮ ਕਰਨਗੇ ਉਹਨਾਂ ਨੂੰ ਸਜਾਵਾਂ ਕਿਹੜੀਆਂ ਮਿਲਦੀਆਂ ਨੇ। ਸਤਿਗੁਰੂ ਸਾਹਿਬ ਜੀ ਦਾ ਕੁਟਾਣ ਕੋਟ ਸ਼ੁਕਰ ਹੈ, ਆਪ ਸੰਗਤਾਂ ਦਾ ਧੰਨਵਾਦ ਹੈ ਜਿਨ੍ਹਾਂ ਬੜੇ ਪ੍ਰੇਮ ਦੇ ਨਾਲ ਕਥਾ ਸਰਵਣ ਕੀਤੀ ਹੈ। ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਦਾ ਧੰਨਵਾਦ ਜਿਨ੍ਹਾਂ ਨੇ ਜੀਆਂ ਕੀਤਾ ਹੈ। ਨਾਲ ਦੇ ਸਿੰਘ ਭਾਈ ਜਗਦੀਪ ਸਿੰਘ ਜੀ ਦਾ ਧੰਨਵਾਦ ਜਿਨ੍ਹਾਂ ਬੜੇ ਪ੍ਰੇਮ ਨਾਲ ਪਾਠ ਕੀਤਾ ਹੈ। ਆਓ ਸਾਧ ਸੰਗਤ ਮਗਰਲੀਆਂ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਵੇਚਨ ਕਲ ਹੈ ਨਾ ਦੇਵ ਦਾ ਤਾਂ ਲਿਆ ਕਰਤੇ, ਜੋ ਜੋ ਕਰਤੇ ਅਹੰ ਮਿਓ ਝੜ ਧਰਤੀ ਪੜਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।